ਅਸਲਾਮ ਅਲੈਕੁਮ ਕਾਸ਼ਕਾਰ ਭਾਈਓ, ਅੱਜ ਅਸੀਂ ਪਨੀਰੀ ਦੀ ਫਸਲ 'ਚ ਮੌਜੂਦ ਹੈ। ਕਾਸ਼ਕਾਰ ਭਾਈਓ, ਸਾਡੀ ਜਿਹੜੀ ਪਨੀਰੀ ਹੈ, ਤੁਸੀਂ ਦੇਖ ਸਕਦੇ ਹੋ ਕਿ ਇਹਨੂੰ ਇੱਕ ਮਸਲਾ ਆ ਰਿਹਾ ਕਿ ਸਾਡੀ ਪਨੀਰੀ ਜਿਹੜੀ ਹੈ ਉਹ ਪੀਲੀ ਹੋਣਾ ਸ਼ੁਰੂ ਹੋ ਗਈ ਹੈ। ਕਾਸ਼ਕਾਰ ਭਾਈਓ, ਇਹ ਸਾਡੀ ਜਿਹੜੀ ਪੀਲੀ ਪਨੀਰੀ ਹੋ ਰਹੀ ਹੈ, ਇਹ ਦੋ ਵਜ੍ਹਾ ਤੋਂ ਹੋ ਰਹੀ ਹੈ। ਇੱਕ ਤਾਂ ਇਹਦੇ 'ਤੇ ਅਸੀਂ ਗੋਬਰ ਜ਼ਿਆਦਾ ਇਸਤੇਮਾਲ ਕਰ ਲਿਆ ਸੀ, ਜਿਹਦੀ ਵਜ੍ਹਾ ਤੋਂ ਪੀਲੀ ਹੋ ਰਹੀ ਹੈ। ਦੂਸਰਾ, ਕਾਸ਼ਕਾਰ ਭਾਈਓ, ਤੁਸੀਂ ਦੇਖ ਸਕਦੇ ਹੋ ਕਿ ਇਹਦੀ ਜਿਹੜੀ ਜੜ ਹੈ ਉਹ ਬਹੁਤ ਜ਼ਿਆਦਾ ਡੈਮੇਜ ਹੋ ਚੁੱਕੀ ਹੈ। ਕਾਸ਼ਕਰ ਭਾਈਓ, ਇਹ ਫੰਗਸ ਦੀ ਵਜ੍ਹਾ ਤੋਂ, ਜਿਹੜਾ ਰੂਟ ਰੋਟ ਫੰਗਸ ਆਉਂਦੀ ਹੈ ਉਹਦੀ ਵਜ੍ਹਾ ਤੋਂ ਇਹਦਾ ਜੜ ਦਾ ਗਲਾਓ ਸ਼ੁਰੂ ਹੋ ਜਾਂਦਾ, ਜਿਹਦੇ ਵਿੱਚ ਸਾਡੀ ਪਨੀਰੀ ਪੀਲੀ ਹੋ ਸਕਦੀ ਹੈ। ਕਾਸ਼ਕਰ ਭਾਈਓ, ਇਹਦੇ ਲਈ ਸਾਨੂੰ ਜਿਹੜਾ ਹੈ ਕਾਪਰ ਹਾਈਡਰੋਕਸਾਈਡ ਪ੍ਰੋਡਕਟ ਹੈ ਔਰ ਥਾਇਓਫਰੇਟ ਦੂਸਰਾ ਪ੍ਰੋਡਕਟ ਹੈ, ਉਹ ਫਲੱਡ ਕਰਨ ਨਾਲ ਇਹ ਅਸੀਂ ਇਸ ਪਨੀਰੀ ਤੋਂ ਆਪਣਾ ਰਿਕਵਰ ਕਰ ਸਕਦੇ ਹਾਂ। ਕਾਸ਼ਕਰ ਭਾਈਓ, ਦੂਸਰਾ ਇਹਦੇ ਉੱਤੇ ਅਸੀਂ ਆਪਣਾ NPK ਦਾ ਸਪਰੇਅ ਕਰਕੇ ਵੀ ਇਹਨੂੰ ਕਵਰ ਕਰ ਸਕਦੇ ਹਾਂ। ਤੀਸਰੀ ਜਿਹੜੀ ਚੀਜ਼ ਕਾਸ਼ਕਰ ਭਾਈਓ, ਤੀਸਰੀ ਜਿਹੜੀ ਚੀਜ਼ ਹੈ ਇਹਦੇ ਨਿਊਟ੍ਰੀਐਂਟ ਐਫੀਸ਼ੀਐਂਸੀ ਹੁੰਦੀ ਹੈ ਕਿ ਪੌਦਾ ਜਿਹੜਾ ਹੈ ਪੀਲਾ ਹੋਣਾ ਸ਼ੁਰੂ ਹੋ ਜਾਂਦਾ। ਕਾਸ਼ਕਰ ਭਾਈਓ, ਇਹਨੂੰ ਅਗਰ ਰਿਕਵਰ ਕਰਨਾ ਹੈ ਤਾਂ ਤੁਸੀਂ 1 ਪਾਓ ਯੂਰੀਆ ਤੁਸੀਂ ਜਿਹੜਾ ਹੈ ਨਾ ਪਰ ਟੈਂਕੀ ਦੇ ਵਿੱਚ ਪਾ ਕੇ ਤੁਸੀਂ ਉਹਦਾ ਸਪਰੇਅ ਕਰ ਸਕਦੇ ਹੋ। ਉਸ ਤੋਂ ਇਲਾਵਾ ਮਾਰਕੀਟ ਦੇ ਵਿੱਚ NPK ਦੇ ਨਾਮ ਤੋਂ ਪ੍ਰੋਡਕਟ ਮੌਜੂਦ ਨੇ। ਕਾਸ਼ਕਰ ਭਾਈਓ, ਉਹਦਾ ਸਪਰੇਅ ਕਰਕੇ ਵੀ ਤੁਸੀਂ ਇਹਨੂੰ ਕਵਰ ਕਰ ਸਕਦੇ ਹੋ।